ਬਲਾਕ ਸ਼ਸ਼ੀਤਾ ਪਹੁੰਚ ਰਹੀ ਨੇ ਬਾਬੂ ਸਿੰਘ ਮਾਨ ਜੀ ਪਹੁੰਚੇ ਹੋਏ ਨੇ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦੇ ਲਈ ਮਾਨ ਸਾਹਿਬ ਸਰ ਸਭ ਤੋਂ ਪਹਿਲਾਂ ਇਸ ਅੰਦੋਲਨ ਦੀ ਹੁਣ ਤੱਕ ਦੀ ਸਥਿਤੀ ਤੁਸੀਂ ਕਿਵੇਂ ਦੇਖ ਰਹੇ ਹੋ ਕਿਵੇਂ ਦਾ ਮਾਹੌਲ ਹੈ ਮਾਹੌਲ ਤਾਂ ਹੁਣ ਤਕਰੀਬਨ ਸਾਰੀ ਦੁਨੀਆ ਦੇ ਤੁਸੀਂ ਦਿਖਾਤਾ ਹੈ ਮਾਹੌਲ ਕੀ ਹੈ ਦੁਨੀਆ ਨੇ ਇਹ ਵੀ ਦੇਖ ਲਿਆ ਵੀ ਪੰਜਾਬੀ ਕੀ ਹੈ ਦੁਨੀਆ ਨੇ ਇਹ ਵੀ ਦੇਖ ਲਿਆ ਵੀ ਸਰਦਾਰ ਕੀ ਨੇ ਉਹਨਾਂ ਨੇ ਇਹ ਵੀ ਦੇਖ ਲਿਆ ਇਹਨਾਂ ਦਾ ਕਲਚਰ ਕੀ ਇਹਨਾਂ ਦਾ اخلاق ਕੀ ਹੈ ਇਹ ਕਿਸ ਤਰ੍ਹਾਂ ਦੇ ਲੋਕ ਨੇ ਕਿਵੇਂ ਲੋਕ ਭਲਾਈ ਕਿਵੇਂ ਵੰਡ ਕੇ ਛਕਣ ਦੀ ਇਹਨਾਂ ਦੀ ਕਿਰਤ ਜਿਹੜੀ ਹੈਗੀ ਹੈ ਔਰ ਇਸ ਤੋਂ ਤਕਰੀਬਨ ਸਾਰਾ ਦੁਨੀਆ ਜਾਣੂ ਹੋ ਗਈ ਹੈ ਹਾਂ ਇਹਨਾਂ ਦੀ ਮੰਗ ਹੈ ਜਿਹੜੀ ਉਹ ਮੰਗ ਹੈ ਵੀ ਰੂਹਾਨੀ ਮੰਗ ਹੈ ਇਹਨਾਂ ਦੀ ਇਕੱਲੀ ਜਿਸਮਾਨੀ ਮੰਗ ਨਹੀਂ ਗੀ ਇਹਨਾਂ ਦਾ ਰੂਹ ਦਾ ਰਿਸ਼ਤਾ ਹੈ ਜ਼ਮੀਨ ਦੇ ਨਾਲ ਅਤੇ ਰੂਹ ਅਤੇ ਜਿਸਮ ਦਾ ਰਿਸ਼ਤਾ ਟੁੱਟਦਾ ਨਹੀਂ ਹੁੰਦਾ ਗਾ ਜਦੋਂ ਰੂਹ ਅਤੇ ਜਿਸਮ ਦਾ ਰਿਸ਼ਤਾ ਟੁੱਟਦਾ ਹੈ ਤਾਂ ਹੋਂਦ ਖਤਮ ਹੋ ਜਾਂਦੀ ਸਰ ਇਹ ਦੱਸੋ ਕਿ ਕਿਸਾਨੀ ਬਾਰੇ ਤੁਸੀਂ ਦੱਸਤਾ ਕਿ ਇਹ ਲੋਕ ਡਟੇ ਹੋਏ ਨੇ ਇਹਨਾਂ ਬਾਰੇ ਦੁਨੀਆ ਜਾਣ ਗਈ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਬਾਰੇ ਵੀ ਲੋਕ ਜਾਣਗੇ ਨੇ ਕਿ ਉਹ ਸਰਕਾਰ ਕੀ ਹੈ ਨਹੀਂ ਮੈਂ ਮੋਦੀ ਸਾਹਿਬ ਨੂੰ ਇਹ ਕਹਿ ਸਕਦਾ ਵੀ ਤੁਸੀਂ ਮਾੜੇ ਅੱਖਾਂ ਖੋਲ ਕੇ ਵੇਖੋ ਅੱਗੇ ਵੀ ਕਿਹਾ ਵੀ ਸਿਰਫ ਵੋਟਾਂ ਨਾ ਗਿਣੋ ਵੋਟਾਂ ਨਹੀਂ ਹੁੰਦੀਆਂ ਕਿ ਬੰਦੇ ਹੁੰਦੇ ਨੇ ਤੁਸੀਂ ਲੋਕਾਂ ਦੇ ਚੁਣੇ ਹੋਏ ਲੋਕ ਉਹ ਲੋਕਾਂ ਵੱਲ ਵੇਖੋ ਤੁਸੀਂ ਲੋਕਾਂ ਵੱਲ ਕੇ ਇੱਕ ਹੋ ਅੱਜ ਨਹੀਂ ਤਾਂ ਪਰਸੋਂ ਥੋੜ੍ਹੇ ਦਿਨਾਂ ਨੂੰ ਹੋ ਜਾਓਗੇ ਲੋਕਾਂ ਵਰਗੇ ਹੋ ਕੇ ਰਹੋ ਲੋਕਾਂ ਦਾ ਰਾਜਾ ਨਾ ਬਣੋ ਲੋਕਾਂ ਦੇ ਰੁਜ਼ਗਾਰ ਨਾ ਕਰੋ ਲੋਕਾਂ ਨੂੰ ਤੰਗ ਨਾ ਕਰੋ ਲੋਕ ਛੱਡ ਕੇ ਇੰਨੀ ਕਿੰਨੇ ਚਿਰ ਦੇ ਬੈਠੇ ਹੋਏ ਨੇ ਇਹਨਾਂ ਦੀ ਗੱਲ ਸੁਣੋ ਤੁਸੀਂ ਕਿਤੇ 200-400 ਕਿਲੋਮੀਟਰ ਜਾ ਕੇ ਲੈਕਚਰ ਦਿੰਦੇ ਹੋ ਕਿਸਾਨਾਂ ਨੂੰ ਸਮਝਾਉਣ ਜਾਂਦੇ ਹੋ ਇਹਨਾਂ ਨੂੰ ਸਮਝਾਓ ਇਹਨਾਂ ਦੀ ਮੰਗ ਮੰਨੋ ਸਮਝਾਉਣ ਦੀ ਕਿਹੜੀ ਗੱਲ ਹੈ ਕਿ ਸਮਝਾਈ ਦੀ ਜਾਂਦੀ ਨੌਜਵਾਨ ਤੁਸੀਂ ਦੇਖੋ ਨੇ ਇਸ ਅੰਦੋਲਨ 'ਚ ਵੱਡੀ ਤਾਕਤ ਬਣ ਕੇ ਨੌਜਵਾਨ ਉੱਭਰੇ ਆ ਉਹ ਨੌਜਵਾਨਾਂ ਦੇ ਵਿੱਚ ਕਿੰਨਾ ਕੁ ਜੋਸ਼ ਨੇ ਪੰਜਾਬ ਦਾ ਵੇਖੋ ਭੁਲੇਖਾ ਕਰਦਾ ਲੋਕਾਂ ਨੂੰ ਜੋ ਪੰਜਾਬ ਨੂੰ ਕਹਿੰਦੇ ਨਸ਼ਈਆਂ ਦੇ ਮੁੰਡੇ ਨੌਜਵਾਨੀ ਗਲਤ ਹੈਗੀ ਆ ਹੁਣ ਪਤਾ ਲੱਗ ਗਿਆ ਨਾ ਜੋਸ਼ ਔਰ ਹੋਸ਼ ਦੋਨੋਂ ਮਿਲ ਕੇ ਜਿਸ ਤਰੀਕੇ ਨਾਲ ਸਭ ਅੰਦੋਲਨ ਨੂੰ ਚਲਾ ਰਹੇ ਨੇ ਇਹ ਇੱਕ ਦੁਨੀਆ ਵਾਸਤੇ ਮਿਸਾਲ ਹੈ ਜੋਸ਼ ਔਰ ਹੋਸ਼ ਦਾ ਇੱਡਾ ਖੂਬਸੂਰਤ ਸੁਮੇਲ ਕਿਤੇ ਵੇਖਿਆ ਨਹੀਂ ਹੋਣਾ ਸਰਕਾਰ ਦੇ ਮੰਤਰੀ ਵਾਰ ਵਾਰ ਇਹ ਗੱਲ ਕਹਿ ਰਹੇ ਨੇ ਲੱਖਾਂ ਦੀ ਗਿਣਤੀ 'ਚ ਲੋਕ ਬੈਠੇ ਆ ਉਹ ਇਹ ਦਾਅਵਾ ਕਰਦੇ ਨੇ ਕਿ ਭਰਮ ਫੈਲਾ ਦਿੱਤਾ ਗਿਆ ਹੈ ਕਿਸਾਨਾਂ ਦੇ ਵਿੱਚ ਕੇਂਦਰ ਦੇ ਕਿੰਨੇ ਹੀ ਮੰਤਰੀ ਨੇ ਉਹ ਵਾਰ ਵਾਰ ਕਹਿ ਰਹੇ ਨੇ ਕਿ ਕਿਸਾਨਾਂ ਦੇ ਵਿੱਚ ਭਰਮ ਪੈਦਾ ਕਰ ਦਿੱਤਾ ਗਿਆ ਇਸ ਕਰਕੇ ਇਹ ਲੋਕ ਇਕੱਠੇ ਹੋ ਗਏ 85% ਕਿਸਾਨ ਨੇ 85% ਲੋਕ ਜਿਹੜੇ ਕਰੋੜਾਂ 'ਚ ਲੋਕ ਉਹ ਤਾਂ ਭਰਮਾਏ ਗਏ ਉਹ ਤਾਂ ਘਬਰਾ ਹੋ ਗਏ ਇੱਕ ਬੰਦਾ ਘਬਰਾ ਨਹੀਂ ਹੋਇਆ ਇਕੱਲਾ ਜਿਹਨੂੰ ਦੋ ਬੰਦੇ ਪੈਸੇ ਦੇ ਕੇ ਘਬਰਾ ਕੇ ਨਹੀਂ ਫਿਰਦੇ ਆ ਬਈ ਇਕੱਲਾ ਖੁੜਕੀ ਨੂੰ ਉਹ ਲਾ ਰਿਹਾ ਅਡਾਨੀ ਔਰ ਅੰਬਾਨੀ ਵਾਸਤੇ ਕਾਨੂੰਨ ਬਣਿਆ ਹੋਇਆ ਔਰ ਬਣਾਇਆ ਤੁਸੀਂ ਆ ਕਿਉਂ ਭੁਲੇਖਿਆ ਇਸ ਤਰ੍ਹਾਂ ਦੀ ਗੱਲਾਂ ਹੁਣ ਕੌਣ ਸੱਚ ਮੰਨ ਲੂਗਾ ਇਸ ਯੁੱਗ ਦੇ ਵਿੱਚ ਮਹਾਰਾਜ ਉਹਨਾਂ ਕਰੋ ਇਹ ਯੁੱਗ ਸਾਰੀ ਦੁਨੀਆ ਜਾਣਦੀ ਹੈ ਆਰਾਮ ਨਾਲ ਚੁੱਪ ਕਰਕੇ ਬਹਿ ਕੇ ਆਪਣੇ ਆਪ ਨੂੰ ਵੇਖੋ ਮੈਨੂੰ ਬੜੀ ਅੱਛੀ ਲੱਗੀ ਜੋਗਿੰਦਰ ਯਾਦਵ ਦੀ ਗੱਲ ਕਹਿੰਦਾ ਆਪਣੇ ਆਪ ਦਾ ਚਿੰਤਨ ਕਰੋ ਲੋਕਾਂ ਨੂੰ ਨਾ ਕਹੋ ਲੋਕ ਕੋਈ ਘਬਰਾ ਨਹੀਂ ਹੋਵੇ ਸੱਚਾਈ ਸਭ ਦੁਨੀਆ ਨੂੰ ਪਤਾ ਲੱਗ ਗਈ ਆ ਕਿਰਪਾ ਕਰੋ ਐਵੇਂ ਅੜੀ ਅੜੀ ਬਣ ਅੱਛਾ ਇੱਕ ਮੈਨੂੰ ਪੰਜਾਬੀ ਗਾਇਕੀ ਦੇ ਬਾਰੇ ਦੱਸੋ ਜਿਹੜਾ ਹੁਣ ਅਸੀਂ ਬਦਲਾਅ ਦੇਖ ਰਹੇ ਹਾਂ ਜਿਹੜੇ ਕਲਾਕਾਰ ਨੇ ਉਹ ਕਿਸਾਨਾਂ ਦਾ ਗੀਤ ਗਾਉਣ ਲੱਗ ਪਏ ਨੇ ਕੀ ਇਹ ਸਿਰਫ ਕੁਝ ਸਮੇਂ ਤੱਕ ਦਾ ਹੈ ਜਦੋਂ ਤੱਕ ਅੰਦੋਲਨ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਇਹ ਬਦਲਾਅ ਹੁਣ ਲੰਬੇ ਚਿਰ ਲਈ ਹੈ ਤੇ ਇਹਨੂੰ ਰਹਿਣਾ ਵੀ ਚਾਹੀਦਾ ਲੰਬੇ ਚਿਰ ਦੇ ਲਈ ਕਿ ਲੋਕਾਂ ਦੀ ਗੱਲ ਕਰਨ ਸਾਡੇ ਕਲਾਕਾਰ ਪਿੱਛੇ ਜੇ ਇਹਨਾਂ ਨੂੰ ਤੁਸੀਂ ਗਾਇਕ ਬੂਕ ਨਾ ਕਹੋ ਮੈਂ ਦੱਸਾਂ ਪਿੱਛੇ ਜੇ ਆਏ ਗਾਇਕ ਬੂਕ ਕੋਈ ਨਹੀਂ ਇਹ ਬੇਰੁਜ਼ਗਾਰ ਮੁੰਡੇ ਐਵੇਂ ਘਰ ਦੇ ਪੈਸੇ ਪੜਦੇ ਸੀਗੇ ਕਰ ਲੈਂਦੇ ਪਤਾ ਨਹੀਂ ਕੀ ਬੋਲਦੇ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਸਮਝਦੇ ਨਾ ਤਾਂ ਇਹ ਰੂਹ ਚੋਂ ਨਿਕਲੀਆਂ ਹੋਈ ਗੱਲਾਂ ਜਿਹੜਾ ਕਲਾਕਾਰ ਹੈ ਜੇ ਵਕਤ ਦੀ ਲਫ਼ਜ਼ ਨਹੀਂ ਪਛਾਣਦਾ ਵਕਤ ਦੀ ਗੱਲ ਨਹੀਂ ਕਰਦਾ ਤਾਂ ਕਲਾਕਾਰ ਕਹਿੰਦਾ ਸਮਝਦੇ ਨਾ ਸ਼ਾਇਦ ਵਰਤੋਂ ਵਕਤ ਦੀ ਗੱਲ ਕਰ ਰਹੀ ਹੈ ਜਿਹੜੇ ਹੁਣ ਕਲਾਕਾਰ ਗਾਇਕੀ ਨੌਜਵਾਨਾਂ ਦੀ ਗੱਲ ਜਾਂ ਇਸ ਅੰਦੋਲਨ ਦੀ ਗੱਲ ਕਰਨ ਲੱਗ ਪਏ ਨੇ ਉਹ ਬਹਿੰਦੀ ਗੰਗਾ 'ਚ ਹੱਥ ਧੋਣ ਵਾਲੇ ਹੈ ਜਾਂ ਕਿਸਾਨਾਂ ਦੇ ਨਾਲ ਹੁਣ ਅੱਗੇ ਵੀ ਇਸੇ ਤਰੀਕੇ ਦੀ ਗੱਲ ਹੋਈ ਕਿਸਾਨਾਂ ਨਾਲ ਉਹ ਪਹਿਲੀ ਗੱਲ ਤਾਂ ਜ਼ਿਆਦਾ ਕਿਸਾਨਾਂ ਦੇ ਮੁੱਲ 'ਚ ਬੱਚੇ ਨੇ ਉਹ ਕਿਸਾਨੀ ਨੂੰ ਜਾਣਦੇ ਨੇ ਬਾਕੀ ਡੇਲੀ ਕਿਸਾਨਾਂ ਨਾਲ ਹੀ ਵਾਸਤਾ ਪੈਂਦਾ ਉਹਨਾਂ ਦਾ ਕਿਸਾਨਾਂ ਦੇ ਗਾਇਕ ਆਏ ਬਣਾਏ ਕਿਸਾਨਾਂ ਨੇ ਗਾਇਕ ਇਹਨਾਂ ਨੂੰ ਹੈ ਵੀ ਇਸ ਵਾਸਤੇ ਉਹ ਕਿਸਾਨਾਂ ਦੀ ਗੱਲ ਕਰਨਗੇ ਇੱਕ ਸਰ ਬਦਲਾਅ ਕੀ ਦੇਖਦੇ ਹੋ ਇਹ ਤੋਂ ਬਾਅਦ ਇਸ ਅੰਦੋਲਨ ਨਾਲ ਸਾਡੇ ਸਮਾਜਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਕੀ ਬਦਲਾਅ ਹੋਊਗਾ ਰਾਜਨੀਤਿਕ ਤੌਰ ਤੇ ਤੁਸੀਂ ਜ਼ਿਆਦਾ ਜਾਣਦੇ ਹੋ ਅੱਜ ਜਿਵੇਂ ਜਿਵੇਂ ਲੰਬਾ ਕਰੀ ਜਾਂਦੇ ਰਾਜਨੀਤਿਕ ਬਣਦਾ ਜਾਣਾ ਹੈ ਇਹ ਆਪਣੇ ਪੈਰਾਂ ਥੱਲੇ ਘੋੜਾ ਮਾਰ ਰਹੀ ਸਰਕਾਰ ਜਿਵੇਂ ਜਿਵੇਂ ਲੰਬਾ ਹੋਏਗਾ ਜਾਗਰਤ ਹੋਣਾ ਕਿਸਾਨਾਂ ਨੇ ਹੋਰ ਆਈ ਜਾਣਾ ਔਰ ਵਿਸ਼ਵ ਉੱਠ ਖੜਨੇ ਲੋਕ ਹੋਰ ਤਾਂ ਮੁਖਾਲਫਤ ਨਹੀਂ ਮੋਦੀ ਸਾਹਿਬ ਨੇ ਵੇਖੀ ਸੀ ਹੁਣ ਮੁਖਾਲਫਤ ਉੱਠਣੀ ਸ਼ੁਰੂ ਹੋ ਗਈ ਆ ਇਹ ਵੱਡੀ ਹੋ ਰਹੀ ਆ ਉਹਨੂੰ ਟਾਈਮ ਲੱਗੂਗਾ ਮੋਦੀ ਸਰਕਾਰ ਨੂੰ ਜਾਗਣ 'ਚ ਲੱਗੂਗਾ ਟਾਈਮ ਹਜੇ ਵੇਖੋ ਬਹੁਤ ਜ਼ਿਆਦਾ ਅਸਰ ਪਏਗਾ ਪਤਾ ਨਹੀਂ ਲੱਗਦਾ ਹੁੰਦਾ ਜਦੋਂ ਬੰਦਾ ਬੈਠਾ ਹੈ ਨਾ ਸਾਉਂਡ ਦੇ ਇਹਨੇ ਨੂੰ ਹਰਿਆਵਾ ਦਿਖਦੀ ਹੁੰਦੀ ਆ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਹੁਤ ਜ਼ਿਆਦਾ ਅਸਰ ਸਰ ਬਹੁਤ ਬਹੁਤ ਧੰਨਵਾਦ ਇਸ ਨੂੰ ਬਾਬੂ ਸਿੰਘ ਮਾਨ ਜਿਨ੍ਹਾਂ ਦਾ ਕਹਿਣਾ ਹੈ ਕਿ ਬਦਲਾਅ ਇਸ ਤਰੀਕੇ ਦੇ ਅੰਦੋਲਨਾਂ ਨਾਲ ਆਉਂਦਾ ਹੈ ਅਤੇ ਕੇਂਦਰ ਦੀ ਸਰਕਾਰ ਨੂੰ ਕਿਸਾਨਾਂ ਦੀ ਇਸ ਤਾਕਤ ਨੂੰ ਵੇਖ ਕੇ ਸਮਝ ਆਉਣਾ ਚਾਹੀਦਾ ਹੈ ਕਿ ਉਸ ਬਦਲਾਅ ਲਈ ਲੋਕ ਆਏ ਨੇ ਅਤੇ ਉਹ ਬਦਲਾਅ ਕਰਕੇ ਹੀ ਇੱਥੋਂ ਜਾਣਗੇ।